ਅੱਜ ਕੱਲ੍ਹ ਟਿਕਟੋਕ ਬਣਾਉਣ ਦਾ ਕਰੇਜ਼ ਆਮ ਜਨਤਾ ਵਿੱਚ ਵੱਧਦਾ ਹੀ ਜਾ ਰਿਹਾ, ਅਤੇ ਪੁਲਿਸ 'ਚ ਭਰਤੀ ਮਹਿਲਾ ਮੁਲਾਜ਼ਮ ਵੀ ਟਿਕਟੋਕ 'ਤੇ ਵੀਡੀਓ ਬਣਾਉਣ ਵਿੱਚ ਗੁਰੇਜ਼ ਨਹੀਂ ਕਰਦੀਆਂ। ਇੱਥੋਂ ਤੱਕ ਕਿ ਔਨ ਡਿਊਟੀ ਹੋ ਕੇ ਵੀ ਉਹਨਾਂ ਨੂੰ ਟਿਕਟੋਕ ਵੀਡੀਓ ਬਣਾਉਣ ਦਾ ਬੁਖਾਰ ਸਿਰ ਚੜਿਆ ਰਹਿੰਦਾ। ਇਹ ਮਹਿਲਾ ਪੁਲਿਸ ਮੁਲਾਜ਼ਮਾਂ ਇਹ ਭੁੱਲ ਗਈਆਂ ਨੇ ਕਿ ਜੋ ਪੁਲਿਸ ਵਰਦੀ ਇਹਨਾਂ ਨੇ ਪਾਈ ਹੋਈ ਹੈ, ਇਹ ਆਮ ਜਨਤਾ ਦੀ ਰਕਸ਼ਾ ਲਈ ਹੈ, ਨਾ ਕਿ ਟਿਕਟੋਕ ਵੀਡੀਓ ਬਣਾਉਣ ਲਈ। ਇੱਥੋਂ ਤੱਕ ਕਿ ਉਹ ਟਿਕਟੋਕ ਵੀਡੀਓ ਵਿੱਚ ਆਪਣੀ ਬੰਦੂਕ ਦਿਖਾਉਣ ਦੇ ਵਿੱਚ ਵੀ ਗੁਰੇਜ਼ ਨਹੀਂ ਕਰਦੀਆਂ। ਪਹਿਲਾਂ ਵੇਖੋ ਆ ਪੂਰੀ ਵੀਡੀਓ, ਫਿਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੁਲਿਸ ਮੁਲਾਜ਼ਮਾਂ ਆਪਣੀ ਟਿਕਟੋਕ ਵੀਡੀਓ ਦੇ ਵਿੱਚ ਕੀ ਨਹੀਂ ਦਿਖਾ ਸਕਦੀਆਂ। ਯਾਰਾਂ ਲਈ ਪਗਾਉਂਦਾ ਮੁੰਡਾ ਫਿਰੇ ਯਾਰੀਆਂ, ਕਿਆ ਫੇਮ ਮਿਲ ਗਿਆ, ਸੋਚਿਆ ਸੀ ਜੋ ਸੇਮ ਮਿਲ ਗਏ। ਅਲਫਾਜ਼ ਭਾਵੇਂ ਜੋ ਵੀ ਹੋਣ, ਮੂੰਹ ਤੇ ਬੋਲਦਾ ਸ਼ਰਿਆਂ ਬੋਲਦਾ, ਉਹ ਯਾਰ ਸਾਰੇ ਹੀਰੇ ਬੱਲੀਏ। ਉਧਰ ਜਦੋਂ ਪੂਰੇ ਮਾਮਲੇ ਤੇ ਜਲੰਧਰ ਦੇ DCP ਇਨਵੈਸਟੀਗੇਸ਼ਨ ਗੁਰਦੀਪ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਕਿ ਜੇ ਪੁਲਿਸ ਮੁਲਾਜ਼ਮਾਂ ਵੱਲੋਂ ਔਨ ਡਿਊਟੀ ਟਿਕਟੋਕ ਵੀਡੀਓ ਬਣਾਈ ਜਾਏਗੀ ਤਾਂ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਦੇਖੋ, ਜਿਹੜੀਆਂ ਤੁਸੀਂ ਸਾਨੂੰ ਫੋਟੋਆਂ ਦਿਖਾਈਆਂ ਟਿਕਟੋਕ ਵਾਲੀਆਂ ਦੇ, ਅਤੇ ਆਪਣੇ ਕੁਛ ਮੁਲਾਜ਼ਮ ਜਿਹੜੀ ਲੇਡੀ ਕਾਂਸਟੇਬਲ, ਕੁਛ ਜਾਇੰਟਸ ਜਿਹੜੇ ਆ, ਉਹ ਜਿਹੜੇ ਵੈਪਨ ਦੇ ਨਾਲ ਆਪਣੇ ਆਪ ਨੂੰ ਐਕਸਪੋਜ਼ ਕਰ ਰਹੇ ਆ ਟਿਕਟੋਕ 'ਤੇ, ਜਿਹੜਾ ਕਿ ਵਰਦੀ ਵੀ ਪਾਈ ਹੋਈ ਆ, ਇਹਦੇ ਵਿੱਚ ਯੂਨੀਫਾਰਮ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਵੈਪਨ ਜਿਹੜਾ ਇੱਕ ਸਰਕਾਰੀ ਵੈਪਨ ਹੈ, ਇਹਨਾਂ ਨੂੰ ਅਫੀਸ਼ੀਅਲ ਡਿਊਟੀ ਲਈ ਦਿੱਤਾ, ਨਾ ਕਿ ਉਹਨੂੰ ਐਟਲਾਈਜ਼ਰ ਤੁਸੀਂ ਉਹਦੇ ਨਾਲ ਫੋਟੋਆਂ ਖਿਚਾ ਕੇ ਅਤੇ ਟਿਕਟੋਕ 'ਤੇ ਪਾਓ। ਇਹਦੇ ਵਿੱਚ ਆਪਾਂ ਜਿਹੜਾ ਸਾਰਾ ਐਗਜ਼ਾਮਿਨ ਕਰਾਂਗੇ ਵੀ ਜਿਹੜਾ ਕਮਿਸ਼ਨਰੇਟ ਨਾਲ ਰਿਲੇਟਡ ਹੈ, ਜਿਹੜਾ ਸਾਰੇ ਉਹਨਾਂ ਨੂੰ ਆਪਾਂ ਜੇ ਕੋਈ ਆਇਡੈਂਟੀਫਾਈ ਹੋਇਆ ਤਾਂ ਉਹਨੂੰ ਬੁਲਾ ਕੇ ਆਪਾਂ ਉਹਦੇ ਖਿਲਾਫ਼ ਜਿਹੜਾ ਡਿਸਿਪਲਨਰੀ ਐਕਸ਼ਨ ਲਵਾਂਗੇ। ਉਹਦੇ ਵਿੱਚ ਡਿਸਿਪਲਨਰੀ ਐਕਸ਼ਨ ਹੈ ਵੀ ਤੁਸੀਂ ਉਹਨੂੰ ਵਾਰਨਿੰਗ ਵੀ ਹੋ ਸਕਦੀ ਆ, ਉਹਨੂੰ ਕੋਈ ਉਹਦੀ ਫੋਰਫੀਚਰ ਆਫ ਸਰਵਿਸ ਵੀ ਹੋ ਸਕਦੀ, ਕੋਈ ਵੀ ਹੋ ਸਕਦਾ। ਇਸ ਦੌਰਾਨ DCP ਨੇ ਕਿਹਾ ਕਿ ਕੋਈ ਵੀ ਪੁਲਿਸ ਮੁਲਾਜ਼ਮ ਵੀਡੀਓ ਦੇ ਦੌਰਾਨ ਕੋਈ ਵੀ ਹਥਿਆਰ ਨਹੀਂ ਦਿਖਾ ਸਕਦਾ, ਕਿਉਂਕਿ ਇਹ ਡਿਊਟੀ ਲਈ ਮਿਲੇ ਨੇ, ਨਾ ਕਿ ਨੁਮਾਇਸ਼ ਕਰਨ ਲਈ। ਵੇਖੋ, ਉਹਦੇ 'ਚ ਜਿੱਦਾਂ ਵਰਦੀ ਪਾਈ, ਉਹਨੇ ਆਪਦਾ ਵੈਪਨ ਕੱਢ ਕੇ ਉੱਪਰ ਨੂੰ ਜਿਹੜਾ ਕੀਤਾ, ਇਹਦੇ ਵਿੱਚ ਕਈ ਵਾਰੀ ਹੁੰਦਾ ਵੈਪਨ ਆਪਾਂ ਲੋਡ ਅਨਲੋਡ ਜਦੋਂ ਉਹਨੂੰ ਕਰਕੇ ਆਪਾਂ ਤਾਂ ਨੂੰ ਆਪਾਂ ਇੱਕ ਵਾਰੀ ਉਹਦਾ ਫਾਇਰ ਕਰਨਾ, ਮੇਰੇ ਖਿਆਲ ਉਹ ਪੋਜੀਸ਼ਨ 'ਚ ਆਇਆ ਵਾ। ਲੇਕਿਨ ਉਹਦੇ ਵਿੱਚ ਕੀ ਆ, ਉਹਦੇ ਵਿੱਚ ਜਿਹੜਾ ਇਹ ਵੀ ਜਿਹੜਾ ਪੋਜੀਸ਼ਨ ਠੀਕ ਹੈ, ਸਾਰੇ ਵੈਪਨ ਨੂੰ ਸੈੱਟ ਕਰਦੇ ਆ, ਉਹਨੂੰ ਪਹਿਲਾਂ ਹੋਸਟਲ 'ਚ ਪਾਉਣ ਤੋਂ ਪਹਿਲਾਂ ਉਹਨੂੰ ਚੈੱਕ ਕਰਦੇ, ਲੇਕਿਨ ਉਹਦੀ ਜਿਹੜੀ ਟਿਕਟੋਕ 'ਤੇ ਆਉਣੀ, ਉਹ ਜਿਹੜੀ ਗਲਤ ਗੱਲ ਹੈ, ਉਸ ਪੋਜੀਸ਼ਨ ਦੇ ਵਿੱਚ ਜਿਹੜੀ ਯੂਨੀਫਾਰਮ ਦੇ ਵਿੱਚ ਆਉਣੀ, ਉਹ ਗਲਤ ਹੈ। ਅਦਰਵਾਈਜ਼ ਵੈਪਨ ਦੀ ਹੈਂਡਲਿੰਗ ਸੇਮ ਇੱਦਾਂ ਹੀ ਕਰਦੇ ਆ। ਵੈਪਨ ਜਦੋਂ ਕੋਈ ਵੀ ਆਪਾਂ ਰੈਡੀ ਪੋਜੀਸ਼ਨ 'ਚ ਕਰਨਾ ਹੁੰਦਾ, ਉਹਨੂੰ ਸਭ ਤੋਂ ਪਹਿਲਾਂ ਆਪਾਂ ਵੇਖ ਚਲਾ ਕੇ ਵੇਖਣਾ ਹੁੰਦਾ ਉੱਪਰ ਨੂੰ ਕਰਕੇ ਵੀ ਠੀਕ ਹੈ ਤਾਂ ਸਾਰਾ, ਫਿਰ ਉਹ ਪੋਜੀਸ਼ਨ ਠੋਕ ਕੇ ਆ। ਸਰ, ਰੈਡੀ ਪੋਜੀਸ਼ਨ 'ਚ ਫੋਟੋ ਖੁੱਲਣਾ ਕਰ ਦਿੰਦੇ? ਨਹੀਂ, ਫੋਟੋ ਵੇਖੋ, ਉਹ ਗੱਲ ਜਿਹੜੀ ਉਹ ਮੈਂ ਕਹਿ ਰਿਹਾ ਵੀ ਉਹ ਜਿਹੜਾ ਪਾਰਟ ਜਿਹੜਾ ਉਹ ਗਲਤ ਹੈ, ਉਹ ਨਹੀਂ ਹੋਣਾ ਚਾਹੀਦਾ। ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਟਿਕਟੋਕ 'ਤੇ ਵਰਦੀ ਵਿੱਚ ਵੀਡੀਓ ਬਣਾਉਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਰਕਾਰ ਕੀ ਕਾਰਵਾਈ ਕਰਦੀ ਹੈ। ਬਿਊਰੋ ਰਿਪੋਰਟ, ਪੰਜਾਬੀ TV।